मैं क्यों खुलासा करूं तुम्हारे सामने, कोई वो तो है नहीं, कोई चीज मुझे रिकॉर्ड की जरूरत थी, मैं रिकॉर्ड ले गया। पुलिस हैव बीन एफआईआर लॉस या तो नो, बस इतने ऐसा ना, कोई मामला नहीं। ओके मामला कुछ और सी, उस गड्डी का रिकॉर्ड लेना है, इनोवा क्रेस्टा का जो चोरी की पकड़ी गई है। नहीं नंबर तो यहीं से लगा है ना सर, उस गाड़ी का इनोवा क्रेस्टा का। आगे सर कितने पूछी पैसे केड़े का प्राइस है सर? प्लीज सर प्लीज सर ਮੇਰਾ ਨਾਂ ਰਜੀਵ ਹੈ। ਚੋਰੀ ਦੀ ਸਾਡੇ ਕੋਲੋਂ ਤਾਂ ਅਗਲਾ ਰਿਕਾਰਡ ਹੀ ਮੰਗਿਆ ਗਿਆ ਨਹੀਂ, ਇਹਦੇ ਬਾਰੇ ਤਾਂ ਹੁਣ ਮੈਂ ਦੱਸ ਨਹੀਂ ਸਕਦਾ। ਪੁਲਿਸ ਸੀ ਬਾਹਰੋਂ ਆਈ ਸੀ, ਕਿੱਥੋਂ ਆਈ, ਕਿਹੜੇ ਥਾਣੇ ਤੋਂ ਆਈ ਸੀ? ਤੁਹਾਡੇ ਗੁੜਗਾਉਂ ਤੋਂ। ਗੁੜਗਾਉਂ ਤੋਂ ਕਿੰਨੇ ਨੰਬਰ ਸੈਕਟਰ ਤੋਂ? ਇਹ ਨਹੀਂ ਮੈਨੂੰ ਪਤਾ, ਇਸ ਬਾਰੇ ਚੋਰੀ ਦੀਆਂ ਗੱਡੀਆਂ ਨਾਲ ਜੁੜਿਆ ਹੋਇਆ ਮਾਮਲਾ ਹੈ? ਨਹੀਂ ਮੈਨੂੰ ਨਹੀਂ ਪਤਾ ਵੀ ਚੋਰੀ ਦੀਆਂ ਗੱਡੀਆਂ ਹੈ। ਤੁਹਾਡੇ ਵੱਲੋਂ ਵੀ ਜਿਵੇਂ ਇੱਥੇ ਪੈਸੇ ਲੈ ਕੇ ਕੰਮ ਕੀਤਾ ਜਾਂਦਾ ਹੈ, ਸਾਡੇ ਵੱਲੋਂ ਵੀ ਪੈਸੇ ਲੈ ਕੇ ਹੀ ਜਿਹੜਾ ਨੰਬਰ ਲੱਗਿਆ ਜਗਜੀਤ ਸਿੰਘ ਭੁੱਲਰਾ ਜੀ। ਮਾਮਲਾ ਜੀ ਆਇਆ ਜੀ, ਮਾਮਲੇ ਤੇ ਆਰਟੀਓ ਦਫ਼ਤਰ ਤੇ ਚੱਲਦੇ ਹੀ ਰਹਿੰਦੇ ਆ ਖੈਰ, ਕਿਉਂਕਿ ਜਿੱਦੇ ਦੀ ਸਰਕਾਰ ਬਣੀ ਹੈ ਤੇ ਹੁਣ ਲੋਕ ਤੁਸੀਂ ਦੇਖਿਆ ਕਿੰਨੇ ਪਰੇਸ਼ਾਨ ਹੋਈ ਜਾਂਦੇ ਹੈਗੇ, ਹਨਾ ਲੋਕ 40-40 ਕਿਲੋਮੀਟਰ ਤੋਂ ਆਉਂਦੇ। ਇੱਕ ਮਾਮਲਾ ਤਾਂ ਸਭ ਤੋਂ ਵੱਡਾ ਉਹ ਹੈ ਵੀ ਜਿਹੜੇ ਲੋਕਾਂ ਦੇ ਕੰਮ ਨਹੀਂ ਹੋ ਰਹੇ, ਤੇ ਇਹ ਕਹਿੰਦੇ ਸੀਗੇ ਭਗਵੰਤ ਮਾਨ ਸਰਕਾਰ ਕਹਿੰਦੀ ਸੀ ਘਰੇ ਬੈਠਿਆਂ ਦੇ ਕੰਮ ਹੋਣਗੇ, ਠੀਕ ਹੈ, ਤੇ ਲੋਕਾਂ ਨੇ ਤਾਂ ਭਗਵੰਤ ਮਾਨ ਸਰਕਾਰ ਕਰਜ਼ਾ ਤਾਂ ਲਈ ਜਾਂਦੀ ਹੈ, ਇੱਥੇ ਲੋਕ ਟੈਕਸ ਭਰਨ ਲਈ ਮਤਲਬ ਪੈਸੇ ਚੱਕੀ ਫਿਰਦੇ ਆ ਸਰਕਾਰ ਨੂੰ ਦੇਣ ਵਾਸਤੇ, ਉਹ ਪੈਸੇ ਨਹੀਂ ਇਹਨਾਂ ਤੋਂ ਲਏ ਜਾ ਰਹੇ, ਮਤਲਬ ਇੰਨਾ ਕੁ ਮਾੜਾ ਹਾਲ ਹੈ। ਦੂਜਾ ਇੱਥੇ 2 ਨੰਬਰੀ ਕੰਮ ਹੁਣ ਜਿਵੇਂ ਆਪਾਂ ਦੇਖੀ ਇੰਕੁਆਇਰੀ ਆਈ ਆ ਹਰਿਆਣਾ ਪੁਲਿਸ ਮੇਰੇ ਖਿਆਲ 'ਚ ਸੀਗੀ, ਕੋਈ ਗੱਡੀ ਦਾ ਕੋਈ ਮਾਮਲਾ ਸੀਗਾ, ਪਤਾ ਨਹੀਂ ਕੋਈ ਨੰਬਰ ਗਲਤ ਲੱਗਿਆ ਜਾਂ ਕੀ ਆ, ਉਹ ਕਲੀਅਰ ਹੋ ਜਾਊਗਾ ਆਉਂਦੇ ਟਾਈਮ 'ਚ, ਤੇ ਉਹ ਇੰਕੁਆਇਰੀ ਚੱਲੀ ਜਾਂਦੀ ਹੈ ਇਹਨਾਂ ਦੀ ਵੀ ਤੁਸੀਂ ਹਾਲਾਤ ਦੇਖੋ ਇਹਨਾਂ ਦੇ ਆਰਟੀਓ ਦਫ਼ਤਰ ਦੇ ਕੀ ਹੋਏ ਪਿਆ, ਵੀ ਬਹੁਤ ਹੀ ਮਾੜਾ ਮਤਲਬ ਸਿਸਟਮ ਚੱਲ ਰਿਹਾ ਹੈਗਾ ਬਠਿੰਡੇ ਦੇ ਵਿੱਚ। ਹਾਂਜੀ ਕੀ ਮਾਮਲਾ ਸੀ ਹਰਿਆਣਾ ਪੁਲਿਸ ਦੀ? ਕੋਈ ਪਤਾ ਨਹੀਂ ਜੀ, ਕੋਈ ਨੰਬਰ 'ਚ ਸ਼ਾਇਦ ਗਲਤ ਲਾਇਆ, ਹਜੇ ਪੂਰੀ ਕਲੀਅਰਟੀ ਨਹੀਂ ਹੋਈ, ਤੇ ਉਹ ਸੁਣਨ 'ਚ ਆਇਆ ਜਿੰਨੀ ਕੁ ਗੱਲ ਆਈ ਹੈ ਵੀ ਕੋਈ ਨੰਬਰ ਸ਼ਾਇਦ ਗਲਤ ਲੱਗਿਆ ਹੋਵੇ ਗੱਡੀ ਦਾ, ਵੀ ਪਤਾ ਜੀ ਉਹ ਪੈਸੇ ਪੂਜੇ ਲੈ ਕੇ। ਹਾਂਜੀ ਸ਼ਾਇਦ ਚੋਰੀ ਬਹੁਤ ਇੱਥੇ ਦੱਸ ਤਾਂ ਇਹੀ ਰਹੇ ਆ ਤੁਰ, ਜਿਹੜੇ ਲੋਕ ਤੁਰੇ ਫਿਰਦੇ ਆ ਜੀ, ਕੋਈ ਚੋਰੀ ਚਾਰੀ ਦੀ ਗੱਡੀ ਦਾ ਮਾਮਲਾ ਹੈ ਜੀ ਕੋਈ, ਬਾਕੀ ਉਹ ਕਲੀਅਰ ਕਰਨਗੇ ਜੀ, ਪੁਲਿਸ ਨੂੰ ਜ਼ਿਆਦਾ ਪਤਾ ਹੋਊਗਾ, ਆਪਾਂ ਤਾਂ ਜੋ ਗੱਲ ਸੁਣੀ ਆ ਤੁਹਾਨੂੰ ਉਹੀ ਇੱਥੇ ਪਤਾ ਲੱਗਿਆ ਇੰਨਾ ਕੁ।